ਸਾਡੀ ਕਾਸ਼ਵੀ ਆ ਗਈ ਆ। ਓ ਆ ਗਿਆ ਕਾਸ਼ਵੀ। ਹੈਲੋ ਕਾਸ਼ਵੀ। ਹੈਲੋ ਕਾਸ਼ਵੀ। ਹੋਲੀਡੇ ਹੋ ਗਏ? ਹਾਂ, ਅੱਜ ਤਾਂ ਡਾਂਸਿੰਗ ਕੀਤੀ ਸੀ, ਬਹੁਤ ਵਧੀਆ। ਹੈਲੋ ਬੱਚੋ, ਚਲੋ 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 ਜਲਦੀ ਜਲਦੀ। ਕੀ ਹੋ ਗਿਆ ਤੈਨੂੰ ਹੁਣ? ਖਾਣਾ ਦਾ ਦੋ ਮੇਰੇ ਬੜੇ ਭੂਤ। ਇੱਧਰ ਵੇਖ ਇਹਦਾ ਹਾਲ। ਬੇਟਾ ਇੱਧਰ ਦੇਖ ਕਰਦੀ ਮੇਰੀ ਪਿਆਰੀ ਦਾਦੀ, ਮੈਨੂੰ ਬਹੁਤ ਭੁੱਖ ਲੱਗੀ ਹੋਈ ਹੈ, ਮੈਨੂੰ ਖਾਣਾ ਲਿਆ ਦਿਓ। ਬ੍ਰੈਡ ਜੈਮ ਨਾਲ ਮੇਰਾ ਢਿੱਡ ਨਹੀਂ ਸੀ ਭਰਿਆ। ਬੋਲ ਕੀ ਗੱਲ ਹੈ? ਆਏ ਬੱਚੇ, ਬਣ ਗਈ ਰੋਟੀ, ਬਣ ਗਈ। ਬਾਅਦ 'ਚ ਮੇਰਾ ਪੁੱਤ ਤੂੰ ਬਹਿ ਜਾ, ਹੁਣੇ ਤੈਨੂੰ ਰੋਟੀ ਦੇ ਦਿੰਦੇ ਹਾਂ, ਠੀਕ ਹੈ? ਤੁਸੀਂ ਇੱਥੇ ਬੇਟਾ ਮੰਮਾ ਲੈ ਕੇ ਆਉਣਾ, ਰੋਟੀ ਬਣਾ ਰਹੇ ਮੇਰੇ ਬੱਚੇ ਨੂੰ, ਬੜੀ ਭੁੱਖ ਲੱਗੀ ਹੋਈ। ਛੋਨੇ ਨੂੰ, ਗੁੱਗੇ ਨੂੰ, ਨੋਨਾ ਜਿਹਾ ਮੇਰਾ ਕਾਕਾ ਹੀ ਨਹੀਂ, ਛੋਨਾ ਜਿਹਾ ਨਹੀਂ ਭੁੱਲੂ। ਮੇਰੇ ਸੇ ਬੜਾ ਹੈ ਤੂੰ। ਚੱਲ ਠੀਕ ਹੈ, ਚੱਲ ਬਹਿ ਜਾ। ਚਲੋ ਜੀ, ਹੁਣ ਕਾਸ਼ਵੀ ਲੈ ਕੇ ਆਈਏ ਰੋਟੀ। ਸਹੇਲੀਆਂ ਮਿਲ ਗਈਆਂ। ਆਪਾਂ ਲੱਭ ਰਹੇ ਆ ਰਾਹੁਲ ਵਾਸਤੇ ਕੁੜੀ। ਰਾਹੁਲ ਮੁੰਡਾ ਆਪਾਂ ਵੇਖੋ, ਸਾਰੇ ਜਣੇ ਬੈਠੇ ਨੇ, ਇਹਨਾਂ ਨੂੰ ਕਿਹਾ ਰਾਹੁਲ ਵਾਸਤੇ ਕੁੜੀ ਲੱਭ ਕੇ ਦੋ, ਸਾਰਿਆਂ ਨੂੰ ਕਿਹਾ ਹੈ। ਤੁਸੀਂ ਟੈਨਸ਼ਨ ਨਾ ਲਓ, ਕੋਈ ਗੱਲ ਨਹੀਂ, ਸਭ ਕਹਿ ਰਹੀ ਹੈ ਤੁਸੀਂ ਲੱਭੋ ਜਲਦੀ ਜਲਦੀ। ਆਹੋ, ਰਾਹੁਲ ਵਾਸਤੇ ਕੁੜੀ ਲੱਭ ਲਓ ਸਾਰੇ ਜਣੇ। ਤੁਹਾਡੀ ਪਸੰਦ ਛੱਡੀ। ਆਹੋ, ਤੁਹਾਡੇ ਤੇ ਪਸੰਦ ਛੱਡੀ ਆ, ਤੁਹਾਡੀ ਪਸੰਦ। ਸੋਹਣੀ ਜੀ ਕੁੜੀ ਲੱਭੋ ਕੇ ਬਸ ਹੋਈ ਗਈ। ਵੇਖੋ ਜੀ, ਸੋਹਣੀ ਤਾਂ ਨਹੀਂ, ਦਿਲ ਦੀ ਸੋਹਣੀ ਹੋਣੀ ਚਾਹੀਦੀ ਆ। ਰਾਹੁਲ ਤੇ ਅੱਗੇ ਕਹਿੰਦਾ ਕੁੜੀ ਬੇਸ਼ੱਕ ਸੋਹਣੀ ਨਾ ਹੋਵੇ। ਹੁਣ ਜਿਹੜਾ ਰਿਸ਼ਤਾ ਰਾਹੁਲ ਨੂੰ ਆਇਆ ਹੈ, ਉਹ ਕੁੜੀ ਵੇਖੀ ਤੁਸੀਂ? ਜਿਹੜੇ ਹੁਣ ਰਿਸ਼ਤਾ ਆਇਆ ਰਾਹੁਲ ਨੂੰ, ਚੰਡੀਗੜ੍ਹ ਹੈ ਨਾ, ਚੰਡੀਗੜ੍ਹ ਯਾਰ ਤੁਸੀਂ ਦੋਵੇਂ ਦੂਰ ਦੂਰ ਬੈਠੀਆਂ ਜੇ, ਕਦੀ ਮੈਂ ਉਧਰੋਂ ਤੁਹਾਨੂੰ ਕੈਚ ਕਰਦੀ, ਕਦੀ ਉਧਰੋਂ ਕਰਦੀ ਆ। ਮੈਨੂੰ ਬੜੀ ਮੁਸ਼ਕਲ ਹੋਣ ਡਈ ਆ ਭੈਣਾਂ ਦੇ ਪ੍ਰੋਗਰਾਮ ਚ। ਇੱਕ ਭੈਣ ਬੈਠੀ ਆ ਤੇ ਇੱਕ ਭੈਣ ਬੈਠੀ ਆ ਉਹ, ਮੈਨੂੰ ਦਿੱਕਤ ਹੋਣ ਡਈ। ਤੁਸੀਂ ਟੈਨਸ਼ਨ ਨਾ ਲਓ, ਰਾਹੁਲ ਦਾ ਰਿਸ਼ਤਾ ਜਲਦੀ ਤੋਂ ਜਲਦੀ ਹੋ ਜਾਣਾ। ਜਦੋਂ ਰਾਹੁਲ ਨੂੰ ਕੁੜੀ ਮਿਲ ਗਈ ਤੇ ਫਿਰ ਤੁਸੀਂ ਆਪ ਹੀ ਕਹਿਣਾ, ਫਿਰ ਸਾਰਿਆਂ ਨੂੰ ਪਾਰਟੀ ਕਰਵਾਉਣੀ ਜਦੋਂ ਰਿਸ਼ਤਾ ਹੋ ਗਿਆ। ਸ਼ਮੀ ਜੀ, ਇੱਧਰ ਰਿਸ਼ਤਾ ਹੋ ਰਿਹਾ ਰਾਹੁਲ ਦਾ। ਹਾਂ, ਉਹ ਕਹਿ ਰਹੇ ਸਾਰਿਆਂ ਨੂੰ ਕਿ ਰਾਹੁਲ ਵਾਸਤੇ, ਕੁੜੀ ਵਾਸਤੇ ਲੱਭੋ। ਆਂਦੇ ਮੈਂ ਬਹੁਤ ਟੈਨਸ਼ਨ 'ਚ ਆ। ਜਿਹੜਾ ਚੰਡੀਗੜ੍ਹ ਇੱਜ਼ਤ ਕਰੇ ਘਰ ਸਾਰਾ। ਚਲੋ ਹੁਣ ਆਪਾਂ ਕੁੜੀ ਆਪਾਂ ਸ਼ਮੀ ਜੀ ਇਹ ਵੀ ਨਹੀਂ ਕਹਿ ਸਕਦੇ ਘਰੇਲੂ ਕੁੜੀ ਚਾਹੀਦੀ, ਕਈ ਗਰੀਬ ਕੁੜੀਆਂ ਵੀ ਆ ਕੇ ਸਿਰ ਦੇ ਵਾਲਾਂ ਨੂੰ ਪੰਦੀਆਂ ਜੇ। ਮੈਂ ਸਿੱਧੀ ਗੱਲ ਆ,
एक अमीर गरीब ने कुड़ी दी अपनी सोच दे। हां आलू बैंगन बन गए मम्मी ने नए तरीके ना बनाए है। ते इधर रोटी रोटी ਦਾ ਡਿਵਾਈਨ ਨੂੰ ਕੀ ਹੋਇਆ ਮੇਰੀ ਆਵਾਜ਼ ਖੁੱਲ ਕੇ ਕੋ ਹਾਂਜੀ ਅੱਜ ਬਣਾਏ ਆਪਾਂ ਆਲੂ ਨਹੀਂ ਆਲੂ ਬੈਂਗਣ ਆਲੂ ਬੈਂਗਣ ਬਣਾਏ ਤੇ ਉਹਨਾਂ ਦਾ ਰੰਗ ਵੇਖੋ ਕਿੱਡਾ ਸੋਹਣਾ ਆਇਆ ਤੇ ਨਵੇਂ ਢੰਗ ਨਾਲ ਬਣਾਏ ਆ। ਅਸਲ ਵਿੱਚ ਨਾ ਅੱਜ ਕਿਰਨ ਦੀ ਆਵਾਜ਼ ਸਲੋ ਹੋਇਆ ਕਿਉਂਕਿ ਥੱਕੀ ਬਹੁਤ ਹੈਗੀ ਆ ਪਤਾ ਕੀ ਇਹਨੂੰ ਬੜਾ ਕੰਮ ਕਰ ਕਰਵਾਇਆ ਹੁਣ ਮੈਂ ਦੱਸਾਂ ਨਹੀਂ ਹੈਗਾ ਕਿਉਂਕਿ ਮੈਂ ਫੁਲਕਾ ਦਵਾਂ ਨਹੀਂ ਤਾਂ ਆਵਾਜ਼ ਦੇਣੀ ਵੀ ਤੁਸੀਂ ਫਿਰ ਲੱਗ ਪਈਆਂ ਜੀ ਆਪਣੇ ਕੰਮ ਵਿੱਚ। ਸੋ ਅੱਜ ਸਾਡੇ ਘਰ ਬਣੀ ਆ ਖਿਚੜੀ ਆ ਵੇਖੋ ਮੰਮੀ ਦੀ ਫੇਵਰੇਟ ਆ ਖਿਚੜੀ ਅਤੇ ਮੰਮੀ ਕਰਕੇ ਆਪਾਂ ਵੀ ਖਾਂਦੇ ਹਾਂ। ਨਮਕ ਘੱਟ ਆ ਬਾਕੀ ਇੱਕ ਗੱਲ ਆ ਹਫ਼ਤੇ 'ਚ ਇੱਕ ਵਾਰੀ ਲਾਈਟ ਖਾਣਾ ਜ਼ਰੂਰ ਖਾਣਾ ਚਾਹੀਦਾ ਯਾਨੀ ਕਿ ਪਿੰਡ ਨੂੰ ਰੈਸਟ ਦੇਣੀ ਚਾਹੀਦੀ ਚਾਹੀਦੀ ਹੈਗੀ ਆ ਮੇਰਾ ਤਾਂ ਇਹ ਮੰਨਣਾ ਅਗੋਂ ਤੁਸੀਂ ਖਾਓ ਭਾਵੇਂ ਨਾ ਖਾਓ ਖਿਚੜੀ ਜ਼ਰੂਰ ਖਾਣੀ ਚਾਹੀਦੀ। ਦੇਖੋ ਜੀ ਖਿਚੜੀ ਕਿੰਨੀ ਵਧੀਆ ਬਣੀ ਨਮਕ ਥੋੜ੍ਹਾ ਆ ਗਿਆ ਹਾਂ ਆ ਗਿਆ ਅਚਾਰ ਲਓ ਜੀ ਅਚਾਰ ਪਾ ਦਿਓ ਭੈਣ ਜੀ ਕੈਮਰੇ ਦੇ ਅੱਗੇ ਲਿਆਉਣਾ ਚਾਹੁੰਦੇ ਆਪਣੇ ਅਚਾਰ ਪਾ ਦਿਓ ਮਿਰਚਾਂ ਦਾ ਅਚਾਰ ਪਾਓ ਸਾਡੇ ਭੈਣ ਜੀ ਨੇ ਜੱਸੀ ਭੈਣ ਜੀ ਨੇ ਮਿਰਚਾਂ ਦਾ ਅਚਾਰ ਪਾਇਆ ਇੰਨਾ ਵਧੀਆ ਇੰਨਾ ਵਧੀਆ ਆ ਲਓ ਜੀ ਮੈਂ ਅਚਾਰ ਮੁੱਕ ਗਿਆ ਹੋਰ ਕਦੋਂ ਪਾਓਗੇ ਮੇਰੇ ਵੀ ਇੱਕ ਰੰਗ ਦੋ ਮਿੰਟ ਚਕਾਣੇ ਚਲੋ ਜੀ ਹੁਣ ਖਾਣੇ ਅਚਾਰ ਬੜਾ ਮਜ਼ਾ ਆਉਂਦਾ ਔਇਲ ਨਾ ਪਾ ਸੱਚਮੁੱਚ ਬੜੀ ਸਵਾਦ ਬਣੀ ਹੈ ਤੇਰੇ ਨਾਨੀ ਜੀ ਸੀ ਨਾ ਇੱਥੇ ਉਹ ਸਾਨੂੰ ਮਤਲਬ ਹਫ਼ਤੇ 'ਚ ਇੱਕ ਵਾਰੀ ਖਿਚੜੀ ਜ਼ਰੂਰ ਦਿੰਦੇ ਹੁੰਦੇ ਸੀ ਕਹਿੰਦੇ ਹੁੰਦੇ ਸੀ ਖਿਚੜੀ ਜ਼ਰੂਰ ਖਾਣੀ ਚਾਹੀਦੀ ਹੈਗੀ ਵਧੀਆ ਹੁਣ ਤਾਂ ਖਾਂਦੇ ਨਹੀਂ ਹੈਗੇ ਬੱਚੇ ਕਹਿੰਦੇ ਆਪਾਂ ਖਾਣੇ ਨਹੀਂ ਦਲੀਆ ਵੀ ਖਾਈਦਾ ਹੁੰਦਾ ਸੀ ਦੁੱਧ ਬਣਾ ਕੇ ਨਾ ਦਲੀਆ ਖਾਂਦੇ ਦਿੰਦੇ ਹੁੰਦੇ ਸੀ ਇਹਦੇ ਨਾਲ ਨਾ ਪੇਟ ਨੂੰ ਰੈਸਟ ਮਿਲਦੀ ਹੈਗੀ ਖਿਚੜੀ ਖਾਂਦੇ ਆਪਾਂ ਬੜੀ ਸਵਾਦ ਬਣੀ ਆ ਆਹ ਦੇਖੋ 11 ਵੱਜ ਗਏ ਤੇ ਆ ਜਨਾਨੀਆਂ ਸਬਜ਼ੀਆਂ ਲੈਂਦੀਆਂ ਪਈਆਂ ਜੀ ਜਨਾਨੀਆਂ ਹੈ ਬੰਦੇ ਖਾਂਦੇ ਨੇ ਤੇ ਜਨਾਨੀਆਂ ਸਬਜ਼ੀ ਲੈਣੀ ਹੈ ਨਾ ਇਹ ਤਾਂ ਮੈਂ ਵੀਡੀਓ ਬਣਾਉਣ ਦੇ ਅੰਕਲ ਦੀ ਵੀ ਬਣਾ ਲੈ ਭਾਜੀ ਰਾਤ ਵੀ ਆਂਦੇ ਤਕਰੀਬਨ ਸਬਜ਼ੀ ਦੇ ਨਾ ਹਾਂ ਅੰਕਲ ਡੇਲੀ ਆਂਦੇ ਰਾਤ ਉਹ ਬੜੀ ਹੁੰਦੀ ਜੀ ਨਾ ਸੰਭੰਤੀ ਟਮਾਟਰ ਐਦਕੀ ਆਏ ਵੀ ਬਹੁਤ ਹੈ ਭਾਈ ਜੋ ਕੱਟ ਕੱਟ ਗਏ ਅੱਛਾ ਜਦੋਂ ਆਪਾਂ ਛੋਟੇ ਹੁੰਦੇ ਸੀ ਨਾ ਹਾਂਜੀ ਤੇ ਉਦੋਂ ਟਮਾਟਰ ਕੱਟ ਕੇ ਆੜੇ ਲੰਬੇ ਟਮਾਟਰ ਹੁਣ ਨਹੀਂ ਉਸ ਤਰ੍ਹਾਂ ਦੇ ਟਮਾਟਰ ਆਉਂਦੇ ਉਹ ਲੰਬੇ ਲੰਬੇ ਟਮਾਟਰ ਆਉਂਦੇ ਸੀ ਬੜੇ ਵਧੀਆ ਖਾਣ 'ਚ ਲੱਗਦੇ ਹੁੰਦੇ ਸੀ ਹਾਂਜੀ ਅੱਗੇ ਲੈ ਕੇ ਆਓ ਅੱਗੇ ਲੈ ਕੇ ਆਓ ਹਾਂਜੀ ਦੂਜੇ ਨੂੰ ਸਪਰੇ ਹੁੰਦੀ ਅੱਛਾ ਅੱਛਾ ਅੱਗੇ ਸੂਰਿਆਂ ਦੀ ਰੂੜੀ ਹੁੰਦੀ ਸੀ ਹਾਂ ਆਹ ਗੱਲ ਬਹੁਤ ਵਧੀਆ ਕਹੀ ਵਾਕਈ ਅੱਗੇ ਅੱਗੇ ਸਬਜ਼ੀ ਮੱਚਾ ਇੱਕ ਦਿਨ ਚਾਰ ਦਿਨ ਖਾ ਲੈਂਦੇ ਅੱਜ ਦੀ ਸਬਜ਼ੀ ਕੱਲ੍ਹ ਦੀ ਨਹੀਂ ਖਾਂਦੇ ਨਹੀਂ ਕਰਦਾ ਪੰਜਾ ਹੀ ਰਹਿੰਦਾ ਹਾਂਜੀ ਹਾਂਜੀ ਸਬਜ਼ੀ ਘਰ ਬੀਜ ਕੇ ਸਬਜ਼ੀ ਬੀਜ ਕੇ ਵੇਖ ਲਓ ਮੂੰਹ ਹੀ ਲੱਥੂ ਜਾਣੀ ਹਾਂ ਤੂੰ ਵੀ ਕੁਝ ਬੋਲੀ ਜਾ ਕੇ ਤੂੰ ਫੜ ਕੇ ਮੈਂ ਤਾਂ ਕਿਲੋ ਲੈਣੇ ਮੈਂ ਨਾ ਟਮਾਟਰ ਚਟਨੀ ਬਣਾਇਓ ਨਾ ਬਸ ਕੁਛ ਨਹੀਂ ਲਾ ਦੋ ਲੈ ਲਈ ਹੁਣ ਤੇ ਹੋਰ ਲੈਣੀ ਆ ਦੇਖ ਲਓ ਆਲੂ ਆਲੂ ਬੈਂਗਣ ਵੀ ਪਏ ਹੋਏ ਆ ਹਾਂ ਬੈਂਗਣ ਵੀ ਪਏ ਹੋਏ ਆ ਨਹੀਂ ਬਤੂ ਹੈਗੇ ਆ ਅੱਛਾ ਬਤੂ ਸਵੇਰੇ ਬਣਾਵਾਂਗੇ ਲੈ ਲੈ ਚਟਨੀ ਉਹ ਵੀ ਕਰ ਤੇ ਉਹ ਚਟਨੀ ਮੁੱਕ ਗਈ ਤਾਂ ਚਟਨੀ ਸਵਾਦ ਬਣੀ ਚਟਨੀ ਬਹੁਤ ਸਵਾਦ ਬਣੀ ਸੀ ਆਂਟੀ ਮੈਂ ਟਮਾਟਰਾਂ ਦੀ ਨਹੀਂ ਤੇ ਮਿੱਠੀ ਨਹੀਂ ਲੋੜ ਵਾਲੀ ਪਤਾ ਕੀ ਕੀਤਾ ਜਿਹੜੇ ਟਮਾਟਰ ਆ ਨਾ ਹਾਂ ਇਹਨਾਂ ਨੂੰ ਉਬਾਲ ਲਿਆ ਇਹਦੇ ਵਿੱਚ ਥੋੜੀਆਂ ਹਰੀਆਂ ਮਿਰਚਾਂ ਪਾ ਦਿਓ ਤੇ ਥੋੜਾ ਅਦਰਕ ਲਸਣ ਪਾ ਕੇ ਉਬਾਲ ਲਓ ਜਦੋਂ ਠੰਡੇ ਹੋਣਗੇ ਮਿਕਸੀ ਵਿੱਚ ਗ੍ਰਾਈਂਡ ਕਰ ਦਿਓ ਲੂਣ ਮਿਰਚ ਦੇਗੀ ਮਿਰਚ ਪਾ ਕੇ ਤੇ ਬਾਅਦ 'ਚ ਥੋੜਾ ਹਲਕਾ ਜਿਹਾ ਜੀਰਾ ਲਓ ਹਰੀਆਂ ਮਿਰਚਾਂ ਪਾ ਦਿਓ ਵਿੱਚ ਭਾਜੀ ਇੱਕ ਮਿੰਟ ਹੁਣ ਦੱਸੀ ਹੈ ਨਾ ਪਹਿਲਾਂ ਮੈਨੂੰ ਫਿਰ ਕੀ ਕਰਨਾ ਆਪਾਂ ਹੁਣ ਚੇਤਾ ਬਣਾਤਾ ਹੁਣ ਦੱਸੋ ਗੋਭੀ ਦਾ ਪਾ ਜੀਰਾ ਪਾ ਕੇ ਤੇਲ ਲੈ ਕੇ ਤੜਕਾ ਲਾ ਦੇਣਾ ਉਹਦੇ ਵਿੱਚ ਨਮਕ ਪਾ ਦੇਣਾ ਕਾਲਾ ਨਮਕ ਤੇ ਦੂਜਾ ਨਮਕ ਪਾ ਕੇ ਥੋੜਾ ਜਿਹਾ ਸੁੱਕ ਭੋਰਾ ਜਿਹਾ ਹੋ ਜਾਏ ਤੇ ਮਸਾਲਾ ਬੜਾ ਵਧੀਆ ਭਾਵੇਂ ਹਫ਼ਤਾ ਰੱਖ ਦਿਓ ਤੇ ਉਸ ਤੋਂ ਬਾਅਦ 'ਚ ਖਾ ਲਓ ਖਾ ਲਓ ਤੂੰ ਖਾਧੀ ਹੈ ਨਹੀਂ ਬਹੁਤ ਸਵਾਦ ਬਣੀ ਸੀ ਆਂਟੀ ਬਹੁਤ ਸਵਾਦ ਬਣੀ ਸੀ ਚਟਨੀਆਂ ਤਾਂ ਆਂਟੀ ਬਹੁਤ ਵਧੀਆ ਬਣਾਉਂਦੇ ਆ ਕਿਲੋ 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 ਕੱਲ ਹੀ ਲਈ ਮੈਂ ਸੂਪ ਬਣਾਵਾਂਗੀ ਆਹ ਡੇਢ ਕਿਲੋ ਹੋ ਗਏ ਨਾ ਗੱਲ ਹੋ ਗਈ ਚਲੋ ਪਾ ਦੋ ਫਿਰ ਕਰ ਦੋ 2 ਕਿਲੋ ਹੀ ਮੈਂ ਮਾਰ ਮੰਨ ਬਈ ਕੱਲ ਸੀ ਮੇਰੀ ਕੱਲ
ਮੇਰੀ ਗੱਲ ਸੀ ਉਹ ਮੈਂ ਆਂਟੀ ਡੰਗਰ ਦਾ ਬਣਿਆ ਪਿਆ ਵਾਲ ਵੂਲ ਦੇਖੋ ਮੇਰੇ ਦੂਸ ਬਣਿਆ ਪਿਆ ਮੈਂ ਸਾਨੂੰ ਹਰੀਆਂ ਮਰਚਾਂ ਇੱਥੇ ਜੇ ਨਾ ਕੁਛ ਮੈਂ ਤਾਂ ਵਧੀਆ ਜੋਣੀ ਨੇ ਵੀ ਵਧੀਆ ਲੱਗਦਾ ਹੋਣਾ ਇਸ ਟਾਈਮ ਉਹ ਤਾਂ ਹੈ ਹੀ ਵਧੀਆ ਦੱਸ ਕੰਦਾ ਉਹਨਾਂ ਨੂੰ ਮੇਕਅਪ ਕਰਨ ਦੀ ਲੋੜ ਮੈਂ ਚਲੋ ਹੁਣ ਕੀ ਲੱਗੇ ਜੇ ਲੈਣਾ ਕੁਛ ਨਹੀਂ ਲੈ ਰਹੀ ਦੀਦੀ ਕੀ ਹੈ ਵੇਖੋ ਨਿੱਕੇ ਨਿੱਕੇ ਕਿੱਡੇ ਸੋਹਣੇ ਇਹਨਾਂ ਦਾ ਰਹਿਤਾ ਬਹੁਤ ਸੋਹਣਾ ਬਣਨਾ ਕਿੰਨੇ ਹੋ ਗਏ 20 ਰੁਪਏ ਨਹੀਂ ਮੈਂ ਲੈ ਕੇ ਦੇ ਲੈਣੇ ਪੈਸੇ ਲੈ ਨਹੀਂ ਮੈਂ ਦੇ ਦੇਣੀ ਆ ਕੋਈ ਗੱਲ ਨਹੀਂ ਨਹੀਂ ਮੈਂ ਦੇ ਦੇਣੀ ਆ ਮੈਂ ਦੇ ਦੇਣੀ ਆ ਲੋਕਾਂ ਤੋਂ ਸਾਰੇ ਰਹਿਣ ਦੋ ਹਾਲੋ ਅੰਕਲ ਅਵੀਆਂ ਲੋੜ ਬਾਕੀ 200 ਦਾ ਕੱਟ ਭਾਜੀ ਵੀਆਂ ਦੇ ਮੈਂ ਲਿਆ ਦੇ ਨਹੀਂ ਟੁੱਟੇ ਹੈਗੇ ਮੈਂ ਲਿਆ ਦੇ ਰਾਹੁਲ ਕਿੰਨਾ ਟਾਈਮ ਹੋ ਗਿਆ 11 ਟਾਈਮ ਆਂਟੀ ਮਿਲ ਗਏ 11 ਵਜ ਗਏ ਤੇ ਮੈਂ ਵਖਾਣ ਦੀ ਪੂਰਾ ਕਿੰਨੇ ਕਾਲੇ ਲੱਗਦੇ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਪੂਰਾ ਹੀ ਦੇਖਦੇ ਹਾਂ ਹਵਾ ਹਵਾ ਵੇਖੋ ਆਹ ਦੇਖੋ 11 ਵਜ ਗਏ ਇਹ ਇੰਨੀ ਲੇਟ ਸੌਂਦੇ ਆ ਟਾਈਮ ਦੇਖੋ ਇਹਨਾਂ ਨੂੰ ਤੁਸੀਂ ਦੇਖੋ ਲੋਕਡਾਊਨ ਹੈ ਤੁਸੀਂ ਨਹੀਂ ਭਰਾਵਾ ਸਾਡੀਆਂ ਹੋ ਜਾਂਦੀਆਂ ਨੀਂਦ ਪੂਰੀ ਕੋਈ ਗੱਲ ਨਹੀਂ ਨਹੀਂ ਲੋਕਡਾਊਨ ਚ ਸਾਨੂੰ 3:30 4 ਵਜੇ ਇੱਕ ਦਿਨ 4 ਵਜ ਗਏ ਸੀ ਗੱਲਾਂ ਮਾਰਦੇ ਲੋਕਡਾਊਨ ਜਦੋਂ ਗੱਲਾਂ ਮਾਰਦੇ ਰਹੇ ਸਵੇਰੇ ਉੱਠਦੇ ਬਾਅਦ ਤੁਸੀਂ ਸੌਣ ਦੀ ਪਹਿਲੇ ਤਿਆਰੀ ਹੋ ਜਾਂਦੀ ਸੀ ਦੁਬਾਰਾ ਰਾਜ ਭੈਣ ਜੀ ਹੈ ਨੀ ਤੇ ਹੁਣ ਉਹਨਾਂ ਕਰਕੇ ਥੋੜਾ ਹੋਣ ਡਿਆ ਕਿੱਦਾਂ ਨੇ ਆਂਟੀ ਨੇ ਮੈਨੂੰ ਲੱਗਦਾ ਗੱਸ ਲਾਣਗੇ ਦੋ ਤਿੰਨ ਮਹੀਨੇ ਅਜੇ ਨਹੀਂ ਆਂਦੇ 6-7 ਮਹੀਨੇ ਨਹੀਂ ਉਹ ਕਹਿ ਕੇ ਅਜੇ 6-7 ਮਹੀਨੇ ਨਹੀਂ ਆਂਦੇ ਚਲੋ ਰੱਖੋ ਕੋਸੀ ਆਂਦਾ ਹਾਂ ਟਮਾਟਰ ਕੱਲ ਲਿਆਈ ਜੇ ਮੈਂ ਵੀ 2 ਕਿਲੋ 4 ਕਿਲੋ ਹੋ ਗਏ ਜੇ ਟਮਾਟਰ ਕੱਲ ਕੀ ਬਣਾਓਗੇ ਇਸਲੇ ਮੰਡੀ ਖੋਲ ਨਹੀਂ ਟਮਾਟਰ ਕੀ ਕਰੋਗੇ ਕੱਲ ਕੀ ਕਰਾਂਗੇ ਥੋੜਾ ਜਿਹਾ ਸੂਪ ਬਣਾਵਾਂਗੇ ਚਟਨੀ ਬਣਾਵਾਂਗੇ ਟਮਾਟਰਾਂ ਦੀ ਸਬੂਤੀ ਮਿਰਚ ਵੀ ਥੋੜੀ ਜਿਹੀ ਪਾ ਲਓ ਟੇਸਟ ਆਏਗਾ ਲਾਲ ਹਾਂ ਲਾਲ ਸਬਤੀ ਮਿਰਚ ਡੰਡੀ ਵਾਲੀ ਡੰਡੀ ਵਾਲੀ ਦੀ ਟੇਸਟ ਆਂਦਾ ਨਹੀਂ ਹੈਗੀ ਡੰਡੀ ਲੈ ਉਹ 20 ਰੁਪਏ ਦੇ ਲੈ ਕਿੰਨੀ ਆ ਜਾਂਦੀ ਰਾਹੁਲ ਕੋਲ ਵੀ ਨਹੀਂ ਹੋਣੀ ਇਹਦੇ ਕੋਲ ਵੀ ਨਹੀਂ ਹੁੰਦੀ ਸਾਬਤ ਮਿਰਚ ਹੁੰਦੀਆਂ 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 ਰਾਹੁਲ ਉਹਦੇ ਕੋਲ ਪੁੱਛ ਸਾਬਤ ਮਿਰਚਾਂ ਹੋਣੀਆਂ ਥੋੜੀਆਂ ਲੈ 10-20 ਰੁਪਏ ਦੀਆਂ ਵੱਧ ਹੁੰਦੀਆਂ ਜਿਹੜੀਆਂ ਨਜ਼ਰ ਲਾਉਣ ਤੇ ਕੰਮ ਆਉਂਦੀਆਂ ਨਾਲ ਹੀ ਉਬਾਲ ਲਾਂਗੇ ਹੋਰ ਕਿ ਉਹਦੇ ਵਿੱਚ ਉਬਾਲੋ ਬੜੇ ਵਧੀਆ ਲੱਗਦੇ ਕੋੜੀ ਬੜੀ ਹੋ ਜਾਏਗੀ ਦੀਦੀ ਚੱਲੇ ਸਿਮਰਨ ਭੈਣ ਜੀ ਹੁਣ ਸਾਡੇ 11 ਹੋ ਗਏ ਨੇ ਤੂੰ ਭਰਾਵਾ ਤੂੰ ਪਾਸੇ ਲੋਕ ਗਿਆ ਤੂੰ ਜਾਣਾ ਕਿ ਪੈਣਾ ਅਜੇ ਤੇ ਚੱਲ ਆ ਵੀ ਕੁਰਸੀ ਰੱਖ ਕੇ ਆ ਭਰਾਵਾ ਚੰਗਾ ਜੀ ਬਾਏ ਬਾਏ ਜੀ ਖੁਸ਼ ਰਹੋ ਪਰਮਾਤਮਾ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ ਹੱਸਦਾ ਹੈ ਹੱਸਦੇ ਰਹੋ ਹਸਾਉਂਦੇ ਰਹੋ ਚਲੋ ਜੀ ਸਾਰਿਆਂ ਨੂੰ ਬਾਏ ਬਾਏ ਜੀ ਗੁੱਡ ਨਾਈਟ ਸਤਿ ਸ਼੍ਰੀ ਅਕਾਲ ਜੀ ਸਵੇਰੇ ਮਿਲਾਂਗੇ ਤੁਹਾਨੂੰ ਹੁਣ ਠੀਕ ਹੈ ਜੀ ਠੀਕ ਹੈ ਜੀ ਓਕੇ ਜੀ ਅੱਛਾ ਮੌਸਮ ਵਿਖਾ ਦਈਏ ਮੌਸਮ ਕਿੰਨਾ ਪਰ ਹੁਣ ਕੀ ਵੇਖਣਾ ਆਇਓ ਹਵਾ ਵੇਖੋ ਕਿੱਡੀ ਸੋਹਣੀ ਚੱਲਦੀ ਪਈ ਜੀ ਹੈਨਾ ਅੱਛਾ ਇਹਦੇ ਛੋਟੇ ਦੇ ਹੋਈਦਾ ਸੀ ਨਾ ਭੈਣ ਜੀ ਹੈਨਾ ਛੋਟੇ ਤਾਂ ਚਲੋ ਸਾਰਿਆਂ ਦੇ ਉਦੋਂ ਜਦੋਂ ਇਤਨਾ ਛੱਤ ਤੇ ਸੋਣਾ ਨਾ ਉਹਦਾ ਮਜ਼ਾ ਕੁਝ ਹੋਰ ਹੀ ਹੁੰਦਾ ਸੀ ਜੀ ਚਦਰਾਂ ਲੈ ਲਈਦੀ ਸਾਨੂੰ ਉੱਪਰ ਸਹੀ ਗੱਲ ਚਲੋ ਜੀ ਹੁਣ ਜਾਓ ਜੀ ਗੁੱਡ ਨਾਈਟ ਓਕੇ ਜੀ ਬਾਏ 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 ਬਾਏ